ਆਜਾ ਆਜਾ ਜ਼ਿੰਦਗੀ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ ਨਾਲ ਔਂਕੜਾ ਲਿਆ ਨੀ ਮੈਂ ਸਾਰਿਆਂ ਨੂੰ ਟਾਉਣਾ ਸਸੀ ਗਾਲ ਜੀ ਮੈਂ ਹਾਂ ਤੁਹਾਡਾ ਆਪਣਾ ਅਨਮੋਲ ਬਜਾਜ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ Creator Academy of Mathematics ਜੀ ਅੱਜ ਅਸੀਂ ਕਰਨ ਜਾ ਰਹੇ ਹਾਂ 3rd ਲੈਕਚਰ ਪੰਜਾਬ ਪਟਵਾਰੀ ਦੇ ਕੌਂਟ ਕਲਾਸਿਸ ਦਾ 3rd ਲੈਕਚਰ ਡਿਸਕਸ ਕਰਨ ਜਾ ਰਹੇ ਆ ਜੀ ਇਸ ਦੇ ਵਿੱਚ ਅਸੀਂ ਮੈਂਸੂਰੇਸ਼ਨ ਟੋਪਿਕ ਨੂੰ ਹੀ ਅੱਗੇ ਕੰਟੀਨਿਊ ਕਰਾਂਗੇ ਮੈਂਸੂਰੇਸ਼ਨ ਔਨ 2D ਠੀਕ ਹੈ ਜੀ ਇਸ ਦੇ ਵਿੱਚ ਅਸੀਂ ਕਰਾਂਗੇ ਸਕੈਲਨ ਟ੍ਰੈਂਗਲ ਆਈਸੋਸਕੇਲ ਟ੍ਰੈਂਗਲ ਤੇ ਹੋਰ ਅਜੇ ਇਕਵੇਲੇਟਰਲ ਰਾਈਟ ਐਂਗਲ सर्कल प्लस कुछ आ, अच्छे लेवल दे क्वेश्चन अच्छे लेवल दे क्वेश्चन करा जी चल अगर फिर आ, पर पहला राजे मोटिवेशनल लाइंस तो बिना अपनी में चल सकती है जी है ना मोटिवेशनल लाइंस वह भी साढ़े प्यारे प्यारे अब्दुल कलाम जी इफ यू वांट टू लीव योर फुटप्रिंट्स ऑन द सैंड्स ऑफ द टाइम do not drag your feet agar tusi zindagi ch successful hona chande ho ta piche pair nahi khichna agge wal nu pair vadhande rehna je piche pair khichya ta chhalang maran waste khichio theek hai ji chande reh de apas scale len triangle isosceles triangle equilateral te right angle triangle te discussion karange ik main hor add karda bi apas circle bare vi ਕਰਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ राजे ਕੁਝ ਚਲੋ ਫਾਰਮੂਲੇ ਇਹ ਫਾਰਮੂਲੇ ਵੀ राजे ਤੁਸੀਂ ਦੇਖ ਲਓ ਅੱਗੇ ਜਾ ਕੇ ਆਪਣੇ ਕੁਸ਼ਨਾ ਚ ਕੰਮ ਆਣਗੇ ਅ ਜੇ राजे ਤੁਹਾਨੂੰ ਓਪਨ ਫਿਗਰ ਦਿੱਤੀ ਹੋਈ ਅਗਰ राजे ਓਪਨ ਫਿਗਰ ਦੇ ਦੇਣ ਇਸ ਤਰ੍ਹਾਂ ਇਹ ਓਪਨ ਫਿਗਰ ਹੋ ਗਈ ਇੱਥੇ ਤੁਸੀਂ ਲਾਣੇ ਹੋਣਗੇ ਖੰਭੇ ਪੋਲ ਠੀਕ ਹੈ ਉਹ ਕੁਝ ਡਿਸਟੈਂਸ ਤੇ ਕਹਿਣਗੇ ਵੀ ਇੰਨੇ ਡਿਸਟੈਂਸ ਤੇ ਲਗਾ ਦਿਓ ਜੀ ਠੀਕ ਹੈ ਇੰਨੇ ਡਿਸਟੈਂਸ ਤੇ ਲਗਾਣੇ ਨੇ ਖੰਭੇ ਉਹ ਡਿਸਟੈਂਸ ਤੁਹਾਨੂੰ ਦੱਸਿਆ ਹੋਵੇਗਾ ਕਿੰਨਾ ਵਿਚਕਾਰ ਰੱਖਣਾ ਡਿਸਟੈਂਸ ਬਿਟਵੀਨ ਪੋਲਸ ਤਾਂ ਅਗਰ ਤਾਂ ਅਜੇ ਹੈਗੀ ਹੈ ਓਪਨ ਫਿਗਰ ਕਿਹੜੀ ਫਿਗਰ ਹੈ ਜੀ ਓਪਨ ਫਿਗਰ ਓਪਨ ਫਿਗਰ ਦੇ ਵਿੱਚ ਨਾ ਜੇ ਨੰਬਰ ਆਫ ਪੋਲਸ ਦੀ ਗਿਣਤੀ ਕੀ ਹੋਏਗੀ 1 ਪਲੱਸ ਟੋਟਲ ਲੈਂਥ ਟੋਟਲ ਲੈਂਥ ਜਿੰਨੀ ਵੀ राजे ਜੋ ਵੀ ਤੁਹਾਨੂੰ ਸਟਰਕਚਰ ਦਿੱਤੀ ਹੋਈ ਉਸ ਦੀ ਟੋਟਲ ਲੈਂਥ ਕੜਨੀ ਆ ਨੀਚੇ ਡਿਸਟੈਂਸ ਬਿਟਵੀਨ ਪੋਲਸ ਠੀਕ ਹੈ ਸੈਕਿੰਡ ਨੰਬਰ ਤੇ राजे ਅਗਰ ਤਾਂ ਤੁਹਾਡੀ ਫਿਗਰ ਕੀ ਹੈਗੀ ਏ ক্লোਜ਼ਡ ਅਗਰ ਤੁਹਾਨੂੰ ক্লোਜ਼ਡ ਫਿਗਰ ਦੇ ਦੇਣ ਰੈਕਟੈਂਗਲ ਦੇ ਦੇਣ ਸਕੁਅਰ ਦੇ ਦੇਣ ਕੋਆਰਡੀਲੇਟਰ ਵਿੱਚੋਂ ਕੋਈ ਵੀ ਦੇ ਦੇਣ ਟ੍ਰਾਇੰਗਲ ਦੇ ਦੇਣ ਉਦੋਂ राजे ਫਾਰਮੂਲਾ ਕੀ ਹੋਏਗਾ ਨੰਬਰ ਆਫ ਪੋਲਸ ਇਸ ਇਕੁਅਲ ਟੂ ਟੋਟਲ ਲੈਂਥ ਟੋਟਲ ਲੈਂਥ ਰਾਜੇ ਜਿਹੜੀ ਵੀ ਤੁਹਾਡੀ ক্লোਜ਼ਡ ਫਿਗਰ ਦੀ ਹੋਏਗੀ ਠੀਕ ਹੈ ক্লোਜ਼ਡ ਫਿਗਰ ਦੀ ਆ ਤੁਹਾਡੇ ਕੋਲ ক্লোਜ਼ਡ ਫਿਗਰ ਦੀ ਜੋ ਵੀ ਟੋਟਲ ਲੈਂਥ ਮਤਲਬ ਪੈਰੀਮੀਟਰ ਹੀ ਆ ਜਾਵੇਗਾ ਠੀਕ ਹੈ ਐਂਡ نیچے ਰਾਜੇ ਉਹੀ ਡਿਸਟੈਂਸ ਬਿਟਵੀਨ ਦਾ ਪੋਲਸ ਡਿਸਟੈਂਸ ਬਿਟਵੀਨ ਦਾ ਪੋਲਸ ਸੈਕਿੰਡ ਰਾਜੇ ਥਰਡ ਥਰਡ ਵਨ ਰਾਜੇ ਤੁਹਾਨੂੰ ਕਹਿ ਸਕਦੇ ਨੇ ਉਹ ਸਟੇਟਮੈਂਟ ਦੇ ਵਿੱਚ ਦਿੱਤਾ ਹੋ ਸਕਦਾ ਹੈ ਵੀ ਕਿਸੇ ਫਲੋਰ ਨੂੰ ਮਤਲਬ ਕੋਈ ਫਰਸ਼ ਪਾਣਾ ਕੀ ਪਾਣਾ ਆਪਾਂ ਫਰਸ਼ ਠੀਕ ਹੈ ਫਰਸ਼ ਪਾਣਾ ਤਾਂ ਫਰਸ਼ ਪਾਣ ਵੇਲੇ ਉਹਨਾਂ ਨੇ ਕਹਿ ਦੇਣਾ ਵੀ ਟੋਟਲ ਕੋਸਟ ਇੰਨੀ ਆਈ ਹੈ ਜੀ ਯੂਨਿਟ ਕੋਸਟ ਇੰਨੀ ਹੈ ਤਾਂ ਡਿਵਾਈਡ ਕਰਕੇ ਤੁਹਾਡੇ ਕੋਲ ਆ ਜਾਏਗਾ ਏਰੀਆ ਠੀਕ ਹੈ ਫਰਸ਼ ਪਾਣ ਦੀ ਬਜਾਏ ਉਹ ਕਹਿ ਸਕਦੇ ਨੇ ਉਹ ਕੰਡਿਆਂ ਵਾਲੀ ਤਾਰ ਹੁੰਦੀ ਨਾ ਕੰਡਿਆਂ ਵਾਲੀ ਤਾਰ ਠੀਕ ਹੈ ਕੰਡਿਆਂ ਵਾਲੀ ਤਾਰ ਉਹ ਜਿਹੜੀ ਆਪਾਂ ਖੇਤਾਂ ਦੇ ਬੰਨੇ-ਬੰਨੇ ਲਾਈਦੀ ਹੈ ਵੀ ਪਸ਼ੂ ਨਾ ਵੜ ਜੇ ਡੰਗਰ ਨਾ ਵੜ ਜੇ ਤਾਂ ਉਸ ਦੀ ਟੋਟਲ ਕੋਸਟ ਦੇ ਸਕਦੇ ਨੇ ਵੀ ਉਸ ਕੰਡਿਆਂ ਵਾਲੀ ਤਾਰ ਨੂੰ ਲਾਉਣ ਦੀ ਟੋਟਲ ਕੋਸਟ ਇੰਨੀ ਆਈ ਯੂਨਿਟ ਕੋਸਟ ਦੇ ਸਕਦੇ ਨੇ ਕਿਉਂਕਿ ਉਹ ਬੰਨੇ-ਬੰਨੇ ਲਾਵਾਂਗੇ ਠੀਕ ਹੈ ਬੰਨੇ-ਬੰਨੇ ਲਾਵਾਂਗੇ ਤਾਂ ਜਦੋਂ ਇਹਨਾਂ ਨੂੰ ਡਿਵਾਈਡ ਕਰਾਂਗੇ ਟੋਟਲ ਕੋਸਟ ਅਪਨ ਯੂਨਿਟ ਕੋਸਟ ਤੁਹਾਡੇ ਕੋਲ ਆ ਜਾਏਗਾ ਪੈਰੀਮੀਟਰ ਠੀਕ ਹੈ ਤਾਂ ਇਹ ਚਾਰ ਫਾਰਮੂਲੇ ਯਾਦ ਰੱਖਿਓ ਓਪਨ ਫਿਗਰ ਦੇ ਵਿੱਚ 1 ਪਲੱਸ ਕਰਨਾ ਹੈ ਨੰਬਰ ਆਫ ਪੋਲਸ ਕੱਢਣ ਵਾਸਤੇ ਤੇ ক্লোਜ਼ਡ ਫਿਗਰ ਦੇ ਵਿੱਚ 1 ਪਲੱਸ ਨਹੀਂ ਕਰਨਾ ਕਿੰਦੇ ਵਿੱਚ ਕਰਨਾ ਹੈ ਟੋਟਲ ਲੈਂਥ ਉੱਪਰ ਟੋਟਲ ਲੈਂਥ نیچے ਡਿਸਟੈਂਸ ਬਿਟਵੀਨ ਦਾ ਪੋਲਸ ਠੀਕ ਹੈ ਅੱਗੇ ਚੱਲਨੇ ਆ ਜੀ ਫਟਾਫਟ ਦੇਖੋ ਸਕੈਲਨ ਸਕੈਲਨ ਟ੍ਰਾਇੰਗਲ ਕਿਹੜੀ ਹੁੰਦੀ ਰਜੇ ਸਕੈਲਨ ਮੈਂ ਇੱਥੇ ਵਰਡ ਲਿਖਦਾ ਜੀ ਟ੍ਰਾਇੰਗਲ ਠੀਕ ਹੈ ਜੀ ਟ੍ਰਾਇੰਗਲ ਤਾਂ ਸਟ੍ਰੇਟ ਸਕੈਲਨ ਟ੍ਰਾਇੰਗਲ ਕਿਹੜੀ ਹੁੰਦੀ ਹੈ ਜਿੰਦੇ ਵਿੱਚ ਆਪਣੇ ਕੋਲ ਤਿੰਨੋਂ ਸਾਈਡਸ ਕੀ ਹੁੰਦੀਆਂ ਨੇ ਆ A ਦੇ ਸਾਹਮਣੇ ਵਾਲੇ ਸਾਈਡ ਨੂੰ ਕਹਿ ਦੋ স্মੋਲ A ਆ B ਦੇ ਸਾਹਮਣੇ ਵਾਲੀ ਸਾਈਡ ਨੂੰ স্মੋਲ B ਐਨ স্মੋਲ C ਤਾਂ ਨਾ A ਨਾ B ਨਾ C ਤਿੰਨਾ ਵਿੱਚੋਂ ਕੋਈ ਵੀ ਇੱਕ ਦੂਜੇ ਦੇ ਇਕੁਲ ਨਹੀਂ ਹੋਵੇਗਾ ਸਕੈਲਨ ਟ੍ਰਾਇੰਗਲ ਠੀਕ ਹੈ ਪਹਿਲੀ ਪ੍ਰੋਪਰਟੀ ਪਹਿਲੀ ਪ੍ਰੋਪਰਟੀ ਤਿੰਨੋਂ ਸਾਈਡ ਤਿੰਨੋਂ ਸਾਈਡਸ ਬਰਾਬਰ ਨਹੀਂ ਹੋਣਗੇ ਦੂਜੀ ਪ੍ਰੋਪਰਟੀ ਤਿੰਨੋਂ ਐਂਗਲ ਵੀ ਬਰਾਬਰ ਨਹੀਂ ਹੋਣਗੇ ਤੀਸਰਾ ਰਜੇ ਪੈਰੀਮੀਟਰ ਪੈਰੀਮੀਟਰ ਕੀ ਹੋਏਗਾ ਰਜੇ ਇਹਦੇ ਬੰਨੇ ਬੰਨੇ ਚਲਦੇ ਜਾਓ ਜਮਾਤਾ ਦੀ ਕਰਦੇ ਜਾਓ ਤਾਂ ਪੈਰੀਮੀਟਰ ਕਿੰਨਾ ਆ ਜਾਏਗਾ ਤੁਹਾਡਾ a plus, b plus, c ਸੈਮੀ ਪੈਰੀਮੀਟਰ ਕੀ ਹੁੰਦਾ ਰਜ ਉਸ ਨੂੰ ਸੈਮੀਦਮ ਮਤਲਬ ਹੁੰਦਾ ਹੈ ਅੱਧਾ ਤਾਂ ਪੈਰੀਮੀਟਰ ਦਾ ਕਰ ਦੋ ਅੱਧ ਹਾਫ ਕਰ ਦੋ ਜੀ ਸੈਮੀ ਪੈਰੀਮੀਟਰ ਆ ਗਿਆ ਏਰੀਆ ਰਾਜੇ ਏਰੀਆ ਕਿਵੇਂ ਕੱਢਾਂਗੇ ਏਰੀਆ ਕੱਢਣ ਵਾਸਤੇ ਸਾਡੇ ਕੋਲ ਫਾਰਮੂਲਾ ਹੈਗਾ ਹੀਰੋਸ ਫਾਰਮੂਲਾ ਕੀ ਹੁੰਦਾ ਰਾਜੇ ਹੀਰੋਸ ਫਾਰਮੂਲਾ ਸਕੁਅਰ ਰੂਟ ਆਫ S S A S B S C ABC ਤੁਸੀਂ ਸਮਝ ਗਏ ਹੋਵੋਗੇ ਰਾਜੇ ਲੈਂਥ ਆਫ ਸਾਈਡਸ ਇਸ ਨੂੰ ਤੁਹਾਨੂੰ ਕੱਢਣਾ ਪਏਗਾ ਸੈਮੀ ਪੈਰਾਮੀਟਰ ਦੇ ਇਸ ਫਾਰਮੂਲੇ ਦੇ ਨਾਲ ਠੀਕ ਹੈ ਜੀ ਅੱਗੇ ਚੱਲਦੇ ਹਾਂ ਆਈਸੋਸਕੇਲ ਟ੍ਰੈਂਗਲ ਆਈਸੋਸਕੇਲ ਟ੍ਰੈਂਗਲ ਇਸ ਦੇ ਵਿੱਚ ਕੀ ਹੁੰਦਾ ਇਸ ਦੇ ਵਿੱਚ ਦੋ ਸਾਈਡ ਇਕੁਅਲ ਹੋਣਗੀਆਂ ਆ ਦੋ ਇਕੁਅਲ ਕਹਿ ਲਓ ਜੀ ਠੀਕ ਹੈ ਆ ਤੀਜੀ ਵਾਲੀ ਕੀ ਹੋਏਗੀ ਨੋਟ ਇਕੁਅਲ ਤਾਂ ਆਈਸੋਸਕੇਲ ਦੇ ਵਿੱਚ ਕੀ ਹੁੰਦਾ ਜੇ ਦੋ ਸਾਈਡਸ टू साइड्स आर इक्वल टू साइड्स आर इक्वल पेरिमीटर फिर 100 राजे बनने बनने तुरदे जाओगे जय माता दी करदे जाओगे ता किन्नी वाट चलोगे तुसी किन्नी वाट चलना पड़ेगा जी 2a plus b इस दा एरिया की हुंदा राजे b by 4 स्क्वायर रूट ऑफ 4a² b² ਠੀਕ ਹੈ ਜੀ ਇਹ ਏਰੀਆ ਦਾ ਫਾਰਮੂਲਾ ਹੈ ਜੀ ਜਾਂ ਪੈਰੀਮੀਟਰ ਦਾ ਫਾਰਮੂਲਾ ਇੰਦੀ ਦੋ ਸਾਈਡ ਆ ਬਰਾਬਰ ਹੁੰਦੀਆਂ ਨੇ ਤੇ ਦੋ ਓਪੋਜ਼ਿਟ ਐਂਗਲ ਕੀ ਹੋ ਜਾਣਗੇ ਜੋ ਕਵਲ ਸਾਈਡਸ ਨੇ ਉਹਨਾਂ ਦੇ ਓਪੋਜ਼ਿਟ ਐਂਗਲਸ ਕੀ ਹੋ ਜਾਣਗੇ OV ਇਕੁਅਲ ਹੋ ਜਾਣਗੇ ਠੀਕ ਹੈ ਆਵਲਾ ਐਂਗਲ ਇਹਨੂੰ 1 ਕਹਿ ਦੋ ਜੀ ਇਹਨੂੰ 2 ਕਹਿ ਦੋ ਤਾਂ ਐਂਗਲ 1 ਤੁਹਾਡਾ ਇਕੁਅਲ ਟੂ ਹੋ ਜਾਏਗਾ ਐਂਗਲ 2 ਦੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਇਕੁਇਲੈਟਰਲ ਟ੍ਰਾਇੰਗਲ ਜੀ ਨਾਮ ਤੋਂ ਹੀ ਕਲੀਅਰ ਹੈ ਇਕੁਇਲੈਟਰ ਟ੍ਰਾਇੰਗਲ ਵੀ ਸਾਰੀਆਂ ਸਾਈਡਾਂ ਹੋਣੀਆਂ ਚਾਹੀਦੀਆਂ ਨੇ ਬਰਾਬਰ ਸਾਰੀਆਂ ਸਾਈਡਾਂ ਕੀ ਹੋਣੀਆਂ ਚਾਹੀਦੀਆਂ ਨੇ ਬਰਾਬਰ ਜੀ ਹਨਾ ਤਾਂ ਪਹਿਲੀ ਪ੍ਰੋਪਰਟੀ ਰਾਜੇ 올 ਸਾਈਡਸ ਇਕੁਅਲ ਠੀਕ ਹੈ ए बी बी सी Is equal to AC is equal to small a dusri property all angles are equals tinno angle barabar aje je tinno angle barabar ne theek hai ta total ta 180 degree hunda na ta fir sare angle ki ho jan ge isde 60 60 60 ਕਿ ਤਿੰਨੋਂ ਐਂਗਲ ਕੀ ਹੁੰਦਾ ਇਕੂਇਲੇਟਰਲ ਟ੍ਰਾਇੰਗਲ ਚ 60 60 60 ਤਾਂ ਇਹ ਰਾਜਾ ਟੋਟਲ ਕਿੰਨਾ ਬਣੇਗਾ 180 ਡਿਗਰੀ ਤੇ ਸਾਰੇ ਐਂਗਲ ਇਕੁਅਲ ਵੀ ਰਹਿਣਗੇ ਨੈਕਸਟ ਪੈਰੀਮੀਟਰ ਅਜੇ ਬੰਨੇ ਬੰਨੇ ਤੁਰਦੇ ਜਾਵਾਂਗੇ ਜੈ ਮਾਤਾ ਦੀ ਕਰਦੇ ਜਾਵਾਂਗੇ ਤਾਂ ਕਿੰਨਾ ਬਾਟ ਚੱਲਾਂਗੇ 3a ਏਰੀਆ ਕਿੰਨਾ ਹੁੰਦਾ ਇਸ ਦਾ √3/4a² ਹਾਈਟ ਕਿੰਨੀ ਹੁੰਦੀ ਰਾਜੇ ਜੇ ਮੈਂ ਇਸ ਟ੍ਰਾਇੰਗਲ ਦੇਖੀਏ ਇੱਥੋਂ ਮੈਂ ਇੱਕ ਪਰਪੈਂਡੀਕੂਲਰ ਡਰਾ ਕਰਾਂ ਹਾਈਟ ਕਿੰਨੀ ਆ ਜਾਏਗੀ ਰਾਜ ਇਸ ਦੇ ਵਿੱਚ √3/2a ਠੀਕ ਹੈ ਜੀ ਆ ਤਿੰਨ ਫਾਰਮੂਲੇ ਨੇ ਯਾਦ ਰੱਖਣਾ ਇਕਵੇਲੇਟਰਲ ਟ੍ਰੈਂਗਲ ਦੇ ਨਾਲ ਰਿਲੇਟਿਡ ਨੇ ਤੇ ਆ ਦੋ ਗੱਲਾਂ ਵੀ ਤੁਸੀਂ ਯਾਦ ਰੱਖਣਾ ਨੈਕਸਟ ਰਾਈਟ ਐਂਗਲ ਟ੍ਰੈਂਗਲ ਰਾਈਟ ਐਂਗਲ ਟ੍ਰੈਂਗਲ ਦੇ ਵਿੱਚ ਰਾਜ ਇੱਕ ਐਂਗਲ ਕੀ ਹੋਣਾ ਚਾਹੀਦਾ 1 ਐਂਗਲ ਮਸਟ ਬੀ वन एंगल मस्ट बी 90 डिग्री नंबर टू ठीक है ये हाइपोटेनियस कहलाएगा इसमें चलो पी बोल दो परपेंडिकुलर पेंडीकूलर बेस हो गया ਠੀਕ ਹੈ ਤਾਂ ਇਹਨਾਂ ਦੀ ਇੱਕ ਪ੍ਰੋਪਰਟੀ ਹੈ ਰਾਈਟ ਐਂਗਲ ਟ੍ਰੈਂਗਲ ਦੇ ਵਿੱਚ ਰਾਜੇ ਰੂਲ ਲੱਗਦਾ ਪਾਈਥਾਗੋਰਸ ਦਾ ਰੂਲ ਵੀ h² p² b² ਠੀਕ ਹੈ ਇਹਨਾਂ ਨੂੰ ਮੈਂ ਨਾਮ ਬਦਲ ਦੇਣਾ ਜੀ ਇਹਨੂੰ ਆਪਾਂ ਨਾਮ ਦੇ ਦੇਣੇ ਆ ਠੀਕ ਹੈ ਚਲੋ a ਹੀ ਰਹਿਣ ਦੋ ਨੈਕਸਟ ਪੈਰੀਮੀਟਰ ਆ ਜੀ ਪੈਰੀਮੀਟਰ ਕਿੰਨਾ ਆ ਜਾਏਗਾ ਬੰਨੇ ਬੰਨੇ ਤੁਰਦੇ ਜਾਓਗੇ ਜਮਾਤਾ ਦੀ ਕਰਦੇ ਜਾਵਾਂਗੇ ਤਾਂ ਆ ਜਾਵੇਗਾ ਆ ਸਾਰਾ ਕਵਰ ਕਰੋਗੇ ਬੰਨਾ ਬੰਨਾ ਤਾਂ b b h ਆ ਜਾਏਗਾ ਏਰੀਆ ਕਿੰਨਾ ਹੁੰਦਾ ਹਾਫ ਇੰਟੂ ਬੇਸ ਇੰਟੂ ਹਾਈਟ ਠੀਕ ਹੈ ਜੀ ਬੇਸ ਇੰਟੂ ਹਾਈਟ ਤਾਂ ਇੱਥੇ ਆ ਤੁਹਾਡਾ ਬੇਸ ਕਿੰਨਾ ਹੈਗਾ b ਹਾਈਟ ਕਿੰਨੀ ਰਜ ਆ ਹਾਈਟ ਪਰਪੈਂਡੀਕੂਲਰ ਇਹਨੂੰ ਆਪਾਂ ਕਹਿ ਦਾਂਗੇ p ਤਾਂ ਇਸ ਫਾਰਮੂਲੇ ਦੇ ਨਾਲ ਤੁਸੀਂ ਨਿਕਾਲ ਸਕਦੇ ਹੋ ਰਾਈਟ ਐਂਗਲ ਟ੍ਰੈਂਗਲ ਦਾ ਏਰੀਆ ਸਰਕਲ ਸਰਕਲ ਰਾਜੇ ক্লোজড ফিগার ਹੈ ਇੱਕ ਸੈਂਟਰ ਹੁੰਦਾ ਠੀਕ ਹੈ ਇਸ ਸੈਂਟਰ ਤੋਂ ਆ ਵਾਲਾ ਡਿਸਟੈਂਸ ਤੁਸੀਂ ਮੈਜ਼ਰ ਕਰੋਗੇ ਕਿਤੇ ਵੀ ਮੈਜ਼ਰ ਕਰੋਗੇ ਇਕੁਅਲ ਟੂ ਇੱਕ ਫਿਕਸਡ ਲੈਂਥ ਆਰ ਹੀ ਆਵੇਗਾ ਇਸ ਦਾ ਸਰਕਮਫਰੈਂਸ ਰਾਜੇ ਇਹਦੇ ਬੰਨੇ ਬੰਨੇ ਤੁਰਦੇ ਜਾਵੋਗੇ ਠੀਕ ਹੈ ਤਾਂ ਕਿੰਨੀ ਵੈਲਿਊ ਆਏਗੀ ਰਾਜੇ 2 पाई ਆਰ ਏਰੀਆ ਕਿੰਨਾ ਆ ਜਾਏਗਾ पाई ਆਰ ਸਕੁਅਰ ਵਰ ਆਰ ਕੀ ਹੁੰਦਾ ਰਜਾ ਇਸ ਦਾ ਆਰ ਕੀ ਹੁੰਦਾ রেডियस ਆਰ ਕੀ ਹੁੰਦਾ রেডियस ਅੱਗੇ ਚੱਲਨੇ ਆ ਜੀ ਮੈਂ ਫੇਰ ਅਜ ਇੱਕ ਵਾਰੀ ਮੈਂ ਤੁਹਾਨੂੰ ਯਾਦ ਕਰਾ ਦਾਂ ਇਹ ਵਾਲੇ ਆ ਫਾਰਮੂਲੇ ਠੀਕ ਹੈ ਆ ਰਜਾ ਆ ਚਾਰ ਫਾਰਮੂਲੇ ਤੁਸੀਂ ਯਾਦ ਕਰਨੇ ਨੇ ਇਨਾਂ ਨੂੰ ਤੁਸੀਂ ਆਪਣੇ ਦਿਲ 'ਚ ਰੱਖੋ ਜੀ ਇਹ ਮੇਰੇ ਦਿਲ ਦੀਆਂ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਮੇਰੇ ਦਿਲ ਦੀ ਗੱਲ ਏ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਏ ਠੀਕ ਹੈ ਇਹਨੂੰ ਯਾਦ ਰੱਖਣਾ ਜੀ ਨੰਬਰ ਆਫ ਪੋਲਸ ਕੱਢਣ ਦਾ ਫਾਰਮੂਲਾ ਨੰਬਰ ਆਫ ਪੋਲਸ ਦੁਬਾਰਾ ਕੱਢਣ ਦਾ ਫਾਰਮੂਲਾ ਇੱਕ ਓਪਨ 'ਚ ਇੱਕ ক্লোਜ਼ 'ਚ ਏਰੀਆ ਤੇ ਪੈਰੀਮੀਟਰ ਕੱਢਣ ਦਾ ਵੀ ਇੱਕ ਇੱਕ ਫਾਰਮੂਲਾ ਸੀ ਕਰ ਚੁੱਕੇ ਹਾਂ ਠੀਕ ਹੈ ਜੀ अगे चलने जी हाँ जी सब तो पहला क्वेश्चन सब तो पहला क्वेश्चन राजे ये क्वेश्चन ने राजे मेरी पिछली वीडियो मेरी लास्ट वीडियो सी भीडियो मेरी रेक्टेंगल्स कोआर्डिनेटर्स ते स्केयर्स रंबर्स trapezium ਇੰਨਾ ਸਾਰਿਆਂ ਤੁਸੀਂ ਤੇ ਜੋ ਮੇਰੀ ਅੱਜ ਦੀ ਵੀਡੀਓ ਏ ਮੇਰੀ ਅੱਜ ਦੀ ਵੀਡੀਓ ਏ ਜੋ ਠੀਕ ਹੈ ਇਹਨਾਂ ਨੂੰ ਮਿਲਾ ਕੇ ਇਹ ਸਾਰੇ ਆਪਾਂ ਕਰਾਂਗੇ ਕੁਐਸਚਨਸ ਇਹ ਸਾਰੇ ਕੁਐਸਚਨ ਕਰਾਂਗੇ ਜੀ ਤਾਂ ਪਿਛਲੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਪਿਛਲੀ ਵੀਡੀਓ ਦੇਖਿਆ ਜੇ ਰਜੇ ਤਾਂ ਫਿਰ ਤੁਹਾਨੂੰ ਇਹ ਕੁਐਸਚਨਾਂ ਦੀ ਸਮਝ ਆ ਜਾਏਗੀ ਇਹਨਾਂ ਸਾਰਿਆਂ ਦੇ ਮੈਂ ਫਾਰਮੂਲੇ ਘਰਾ ਚੁੱਕੇ ਆ ਜੀ ਪਿਛਲੀ ਵੀਡੀਓ 'ਚ ठीक है जी सब तो पहला राजे की कह रहा है इफ रेक्टेंगल हैज लेंथ एल विड्थ इज हाफ ऑफ लेंथ ठीक है विड्थ इज ओफ होगा विड्थ इज ऑफ हाफ ऑफ लेंथ देन एरिया आएगा अच्छा राजे जे लेंथ एल है फटाफट देखो एरिया लेंथ इनटू ब्रेथ ब्रेथ हो कहना है जी लेंथ का हाफ ले लो तो एल बाय टू ले लो ਤਾਂ ਕਿੰਨੀ ਆ ਗਈ ਰਾਜ 1/2 l2 ਅਨਸਰ ਆ ਜਾਏਗਾ ਤੁਹਾਡੇ ਕੋਲ c c ਤੁਹਾਡੇ ਕੋਲ ਆ ਗਿਆ ਅਨਸਰ ਆਈ ਹੋਪ ਸਮਝ ਆ ਗਿਆ ਹੋਣਾ ਸਾਰਿਆਂ ਨੂੰ ਇਹ ਉਹ ਵਾਲੇ ਕੁਐਸਚਨ ਨੇ ਰਾਜ ਜੋ ਤੁਸੀਂ ਦਿਮਾਗ ਚ ਕੈਲਕੂਲੇਟ ਕਰਨੇ ਨੇ ਪੈਨ ਨਹੀਂ ਚੱਕਣਾ ਅੱਗੇ ਚੱਲੋ ਜੀ ਸੈਕੰਡ ਕੁਐਸਚਨ ਸੈਕੰਡ ਕੁਐਸਚਨ ਦੇ ਵਿੱਚ ਕਹਿ ਰਿਹਾ ਡਿਫਰੈਂਸ ਬਿਟਵੀਨ ਲੈਂਥ ਐਂਡ ਬ੍ਰੈਡਥ ਆਫ ਰੈਕਟੈਂਗਲ ਰੈਕਟੈਂਗਲ ਦੀ ਲੈਂਥ ਤੇ ਬ੍ਰੈਡਥ ਦਾ ਡਿਫਰੈਂਸ ਹੈਗਾ 23 ਤੇ ਪੈਰੀਮੀਟਰ ਕਿੰਨਾ ਦੇਤਾ राजे ਪੈਰੀਮੀਟਰ ਤੁਹਾਨੂੰ ਦੇਤਾ 206 ਹੁਣ ਸੋਚੋ ਵੀ ਪੈਰੀਮੀਟਰ ਕਿੰਨਾ ਹੁੰਦਾ ਰੈਕਟੈਂਗਲ ਦਾ ਤੁਹਾਡਾ ਦਿਮਾਗ राजे ਕਵੇਗਾ ਫਟਾਫਟ 2 ਟਾਈਮਸ ਐਲ ਪਲੱਸ ਬੀ 206 ਨਹੀਂ ਪਤਾ ਤਾਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ राजे ਐਲ ਪਲੱਸ ਬੀ ਦੀ ਵੈਲਿਊ ਕਿੰਨੀ ਆ ਗਈ 103 ਠੀਕ ਹੈ ਐਲ ਮਾਈਨਸ ਬੀ ਦੀ ਵੈਲਿਊ 23 ਹੈਗੀ राजे ਦੋਨਾਂ ਨੂੰ ਤੁਸੀਂ ਕਰ ਦੋ ਐਡ ਐਡ ਕਰੋਗੇ ਜੀ 2l ਹੋ ਜਾਵੇਗਾ ਜੀ 126 ਤਾਂ n ਦੀ ਵੈਲਿਊ ਆ ਗਈ ਤੁਹਾਡੇ ਕੋਲ 63 ਮੀਟਰ ਠੀਕ ਹੈ ਬ੍ਰੈਥ ਕੱਢਣੀ ਰਾਜ ਤਾਂ ਇਕੁਏਸ਼ਨ ਨੰਬਰ ਇੱਥੇ 1 ਦੇ ਵਿੱਚ ਫਿਲ ਕਰੋਗੇ 1 ਦੇ ਵਿੱਚ ਫਿਲ ਕਰਾਂਗੇ ਜੀ b ਦੀ ਵੈਲਿਊ ਆ ਜਾਏਗੀ ਜੀ 40 ਮੀਟਰ ਤਾਂ ਕੱਢਣ ਨੂੰ ਕੀ ਆ ਹੈ ਸਾਨੂੰ ਸਾਨੂੰ ਕੱਢਣ ਨੂੰ ਕੀ ਆ ਜੀ ਏਰੀਆ ਏਰੀਆ ਹੁੰਦਾ ਹੈ ਲੈਂਥ ਇੰਟੂ ਬ੍ਰੈਥ 63 40 ਕਰੋਗੇ ठीक है चार तीय बारह छे चुका चौबीस पच्ची एरिया है मीटर स्केयर च आंसर आएगा लो जी आंसर आ गया साढ़े डी ठीक है जी अगे चलने जी थर्ड क्वेश्चन लेंथ ऑफ रूम इज 5.5 मीटर विथ हैगी थ्री पॉइंट सैवन फाइव मीटर फाइंड द कोस्ट ऑफ पेविंग द फ्लोर फर्श पाना है ठीक है जी आप पाना है ਫਰਸ਼ ਪਾਣਾ ਠੀਕ ਹੈ ਦੇਖੋ ਜਦੋਂ ਜਦੋਂ ਤੁਸੀਂ ਕਮਰਾ ਬਣਾ ਰਹੇ ਹੋ ਠੀਕ ਹੈ ਕਮਰਾ ਬਣਾ ਰਹੇ ਹੋ ਤੁਸੀਂ ਕੀ ਬਣਾ ਰਹੇ ਹੋ ਜੀ ਕਮਰਾ ਬਣਾ ਰਹੇ ਹੋ ਤਾਂ ਫਰਸ਼ ਪਾਣਾ ਹੈ ਫਰਸ਼ ਪਾਣ ਵਾਲੇ ਉਹ ਕਹਿ ਰਿਹਾ ਵੀ 1 ਸਕਰ ਮੀਟਰ 1 ਸਕਰ ਮੀਟਰ ਦਾ ਕਿੰਨਾ ਖਰਚਾ ਹੈਗਾ 800 ਰੁਪਏ ਬਹੁਤ ਮਹਿੰਗਾ ਹੈ ਜੀ ਹਨਾ ਪਰ ਕੋਠੀਆਂ ਪਾਣੀਆਂ ਨਾ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਜੀ ਕੋਠੀਆਂ ਪਾਣੀਆਂ ਨੇ ਤਾਂ ਇੰਨੇ ਖਰਚੇ ਤਾਂ ਭਰਨੇ ਹੀ ਪੈਣੇ ਨੇ ਠੀਕ ਹੈ 1 ਸਕਰ ਮੀਟਰ ਦਾ ਜੀ 800 ਰੁਪਿਆ ਲੱਗਣਾ ਜੀ ਮਿਸਤਰੀ ਨੇ ਲੈਣਾ 800 ਰੁਪਿਆ ਉਹਨੂੰ ਕਹਿੰਦਾ ਲੈਂਥ ਹੈਗੀ ਹੈ ਰੂਮ ਦੀ 5.5 ਮੀਟਰ ਠੀਕ ਹੈ ਇੱਕ ਇੱਥੇ ਮੈਂ ਐਡ ਕਰਦਾ ਰਾਜੇ ਹੈਗਾ ਰੈਕਟੈਂਗੂਲਰ ਰੂਮ ਕੀ ਹੈਗਾ ਸਾਡੇ ਕੋਲ ਰੈਕਟੈਂਗੂਲਰ ਤਾਂ ਏਰੀਆ ਏਰੀਆ ਕਿੰਨਾ ਆ ਜਾਏਗਾ ਏਰੀਆ ਕਿੰਨਾ ਆਏਗਾ ਰਾਜੇ ਲੈਂਥ ਇੰਟੂ ਬ੍ਰੈਥ ਏਰੀਆ ਆ ਜਾਏਗਾ ਠੀਕ ਹੈ ਇੰਨੇ ਸਕਰ ਮੀਟਰ ਉਹਨਾਂ ਆਪੇ ਸੋਚੋ ਰਾਜੇ 1 ਸਕਰ ਮੀਟਰ ਦਾ ਉਹਨੇ ਮਿਸਤਰੀ ਨੂੰ ਲੈਣਾ ਜੀ 800 ਰੁਪਿਆ 2 ਸਕਰ ਮੀਟਰ ਦਾ 1600 ਲੈ ਲੇਗਾ ਤਾਂ ਇੰਨੇ ਕਰੋਸ ਇੰਨੇ ਸਕਰ ਮੀਟਰ ਦਾ ਕਿੰਨੇ ਪੈਸੇ ਲਵੇਗਾ ਰਾਜੇ ਦੋਨੋਂ ਪਾਸੇ ਗੁਣਾ ਕਰ دیਏ 5.5 3.75 800 ਠੀਕ ਹੈ ਜੀ ਫਟਾਫਟ ਇਹਨੂੰ ਕੈਲਕੂਲੇਟ ਕਰੋ ਦੇਖੋ ਆ ਵਾਲੀ ਜ਼ੀਰੋ ਮੈਂ ਚਲੋ ਪੂਰਾ ਕਰਕੇ ਦਿਖਾ ਦਿੰਦਾ ਤੁਹਾਨੂੰ ਦੋ ਕੋ 20 ਕੈਨਸਲ ਹੋ ਗਿਆ ਇਹ ਆ ਜਾਏਗਾ ਜੀ 11 ਇੱਥੇ ਆ ਜਾਏਗਾ 2 ਠੀਕ ਹੈ ਇਹ ਤੁਹਾਡੇ ਕੋਲ ਆ ਜਾਏਗਾ ਆਨਸਰ ਅ ਇੱਕ ਕੱਟ ਕੇ 4 ਆ ਜਾਏਗਾ ਹਨਾ ਇਹ ਆ ਜਾਏਗਾ 11 ਗੁਣਾ ਅ 375 ਨੂੰ राजे 4 ਨਾਲ ਗੁਣਾ ਕਰੋਗੇ ਕਿਸ਼ਤਾ ਚ ਕਰ ਲੋ 300 ਨੂੰ 4 ਨਾਲ ਕਰੋਗੇ 1200 ਅ ਅਗੋ 70 ਨੂੰ 4 ਨਾਲ ਕਰਾਂਗੇ ਠੀਕ ਹੈ 70 ਨੂੰ 4 ਨਾਲ ਕਰਾਂਗੇ ਤੇ ਅੱਜ ਇਹਦਾ 280 1200 ਤੇ 280 1480 ਤੇ 5 4 20 ਠੀਕ ਹੈ ਇਹ ਬਣ ਜਾਏਗਾ 1500 ਐਨ ਆਰ ਚੈੱਕ ਕਰ ਲਓ ਠੀਕ ਹੈ 2 14 28 ਤੇ 2 30 4 12 ਤੇ 2 15 ਠੀਕ ਹੈ ਗੋ 11 ਨਾਲ ਗੁਣਾ ਕਰਾਂਗੇ ਜੀ 165 ਤੇ ਇਹ ਆ ਗਿਆ ਤੁਹਾਡੇ ਕੋਲ 16500 ਆਨਸਰ ਠੀਕ ਹੈ ਜੀ ਇੱਕ ਸਕੁਅਰ ਮੀਟਰ ਦਾ 800 ਰੁਪਏ ਸੀ ਕਮਰੇ ਦਾ ਖਰਚਾ ਕਿੰਨਾ ਆ ਜਾਣਾ ਜੀ 16000 ਰੁਪਏ ਕਮਰੇ ਦਾ ਖਰਚਾ ਆਇਆ। 4ਥ ਕੁਐਸਚਨ ਜੀ 4ਥ ਕੁਐਸਚਨ ਚ ਕਹਿ ਰਿਹਾ ਲੈਂਥ ਆਫ ਰੈਕਟੈਂਗਲ ਇਜ਼ 18 ਸੈਂਟੀਮੀਟਰ ਬ੍ਰੈਡਥ ਹੈਗੀ ਜੀ 10 ਸੈਂਟੀਮੀਟਰ ਲੈਂਥ ਨੂੰ ਇਨਕਰੀਜ਼ ਕਰਕੇ ਬਣਾ ਦਿੱਤਾ ਗਿਆ ਜੀ 25 ਸੈਂਟੀਮੀਟਰ ਠੀਕ ਹੈ ਜੀ ਨਵੀਂ ਲੈਂਥ ਕਿੰਨੀ ਆ ਗਈ 25 ਸੈਂਟੀਮੀਟਰ ਤਾਂ ਉਹ ਕਹਿ ਰਿਹਾ ਵਟ ਵਿਲ ਬੀ ਦਾ ਬ੍ਰੈਡਥ ਆਫ ਦਾ गल इफ एरिया रिमेन्स द सेम एरिया नहीं बदलिया देखो ओल्ड लेंथ लैंथ तोल्ड ब्रैथ इन्हों मल्टीप्लाई करोगे की आएगा एरिया नवी लेंथ ते तवीं ब्रैथ इन्ह भी मल्टीप्लाई करा की आएगा एरिया क्योंकि एरिया उन्हें क्या द सेम बराबर बराबर होएगा ना पुराने ते नवे वाला दोनों सेम ही रहा हम फटा फटाफट देखो जी पुरानी लेंथ कि जी अठारह पुरा जी किस नवी लेंथ कि पची नवी ब्रेथ कि आ जाएगी तो ठीक है छत्तीस बटा पां आ जाएगा पंजू छ ठीक है आ, गलती हो गई जी अठारह गुना दस से पच्ची होगी नवी लेंथ ठीक है दस पंजू पंजा पची तीए ठीक है ती पंद्रह छत्ती दूना बहत्तर ठीक है जी सैवन पॉइंट टू आंसर आ रहा जी सैवन पॉइंट टू हैगा आंसर आ लो जी आ अपना आ गया जी सी आंसर सी आंसर आ गया जी अगे चलने जी ਕਵੈਸਚਨ ਨੰਬਰ 5 ਰਾਜੇ ਧਿਆਨ ਨਾਲ ਸਮਝਿਓ ਰੈਕਟੈਂਗੂਲਰ ਪਲੋਟ ਮੈਜ਼ਰਿੰਗ 90 ਮੀਟਰ ਐਂਡ ਇਨਟੂ 50 ਮੀਟਰ ਮਤਲਬ ਇੱਕ ਲੈਂਥ ਮੰਨ ਲਓ ਜੀ ਇੱਕ ਤੁਹਾਡੀ ਲੈਂਥ ਹੈਗੀ ਜੀ 90 ਇੱਕ ਤੁਹਾਡੀ ਬ੍ਰਾਈਡਥ ਹੈਗੀ ਜੀ 50 ਉਸ ਨੂੰ ਤੁਸੀਂ ਕੀ ਕਰਨਾ ਰਾਜੇ ਵਾਇਰ ਫੈਂਸਿੰਗ ਕਰਨੀ ਹੈ ਵਾਇਰ ਫੈਂਸਿੰਗ ਨਾਲ ਰਾਜੇ ਤੁਸੀਂ ਉਸ ਨੂੰ ਕੀ ਕਰਨਾ ਇਨਕਲੋਜ਼ ਕਰਨਾ ਹੈ ਠੀਕ ਹੈ ਵੀ ਕਿਉਂਕਿ ਡੰਗਰ ਨਾ ਵੜਿਆ ਕੋਈ ਜਾਨਵਰ ਨਾ ਵੜਿਆ ਆਵੇ ਕੰਡਿਆਂ ਦੀ ਤਾਰ ਲਾਣੀ ਰਾਜੇ ਦੇ ਬੰਨੇ ਬੰਨੇ ਇਹਦੇ ਬੰਨੇ ਬੰਨੇ ਆਪਾਂ ਲਾਣੀ ਕੰਡਿਆਂ ਦੀ ਤਾਰ ਇਫ ਦਾ ਪਲੋਟਸ ਆਫ ਦਾ ਫੈਂਸ ਆਰ ਕੇਪਟ ਠੀਕ ਹੈ ਇੱਥੇ ਮੈਂ ਮੈਂਸ਼ਨ ਕਰਦਾ ਇੱਥੇ ਪਲੋਟਸ ਨਹੀਂ ਹੈਗਾ ਇੱਥੇ ਗਲਤ ਲਿਖਿਆ ਗਿਆ ਇੱਥੇ ਪੋਲਸ ਹੋਏਗਾ ਖੰਬੇ ਲਾਣੇ ਨਾ ਦੇਖੋ ਤਾਰ ਲਾਣੀ ਹੈ ਤੇ ਤਾਰ ਵਾਸਤੇ ਖੰਬੇ ਲਾਣੇ ਪੈਣੇ ਖੰਬਿਆਂ ਦੇ ਵਿੱਚ ਵਿੱਚ ਤਾਰ ਲੱਗੇਗੀ ਤੋ ਉਹ ਕਹਿ ਰਿਹਾ ਵੀ ਜਿਹੜੇ ਖੰਬੇ ਹੈਗੇ ਨੇ ਉਹ 5 ਮੀਟਰ ਦੀ ਦੂਰੀ ਤੇ ਲਾਣੇ ਨੇ ਕਿੰਨੇ ਖੰਭਿਆਂ ਦੀ ਲੋਡ ਪਵੇਗੀ ਕਿੰਨੇ ਖੰਭਿਆਂ ਦੀ ਲੋਡ ਪਵੇਗੀ ਤਾਂ ਮੈਂ राजे ਅੱਜ ਹੀ ਤੁਹਾਨੂੰ ਦੱਸਿਆ ਵੀ ক্লোਜ਼ਡ ਫਿਗਰ ਵਾਸਤੇ ক্লোਜ਼ਡ ਫਿਗਰ ਵਾਸਤੇ ਇੱਕ ক্লোਜ਼ ਫਿਗਰ ਹੈ ਯੈਸ ਇਟ ਇਜ਼ ਅ ক্লোਜ਼ਡ ਫਿਗਰ ਕੀ ਫਾਰਮੂਲਾ ਹੈਗਾ ਨੰਬਰ ਆਫ ਪਾਲਸ ਨੰਬਰ ਆਫ ਪਾਲਸ ਇਸ ਇਕੁਅਲ ਟੂ ਟੋਟਲ ਲੈਂਥ ਅਪਨ ਡਿਸਟੈਂਸ ਬਟਵੀਨ ਪੋਲਸ ਦੇਖੋ ਟੋਟਲ ਲੈਂਥ ਆ ਨਹੀਂ ਤੁਸੀਂ ਇਹਨੂੰ ਗਿਨ ਲਓ ਵੀ ਇਹ ਨਹੀਂ ਜਿੰਨੀ ਇਸ ਦੀ ਬੰਨੇ ਬੰਨੇ ਤੁਰਦੇ ਜਾਓਗੇ ਇਹ ਟੋਟਲ ਲੈਂਥ ਆਏਗੀ ਮਤਲਬ ਇੱਥੇ ਐਕਚੁਅਲੀ ਚ ਪੈਰਾਮੀਟਰ ਦੀ ਗੱਲ ਚੱਲਦੀ ਪਈ ਹੈ ਤਾਂ ਇਸ ਰੈਕਟੈਂਗਲ ਦਾ ਟੋਟਲ ਲੈਂਥ ਮਤਲਬ ਟੋਟਲ ਪੈਰਾਮੀਟਰ ਕਿੰਨਾ ਆਏਗਾ ਰਾਜੇ 2 l b ਕਿੰਨਾ ਡਿਸਟੈਂਸ ਛੱਡਣਾ ਖੰਭਿਆਂ ਦੇ ਵਿੱਚ 5 ਮੀਟਰ ਛੱਡਣਾ ਠੀਕ ਹੈ ਇਹ ਕਿੰਨਾ ਆ ਗਿਆ ਤੁਹਾਡੇ ਕੋਲ ਤੁਕਿਆ 5210 ਤੇ 8546 56 ਮੀਟਰ ਸੌਰੀ 56 ਖੰਬੇ ਚਾਹੀਦੇ ਜੀ 56 ਪੋਲਸ ਚਾਹੀਦੇ ਸਾਨੂੰ ਅਗਰ ਅਸੀਂ ਇਹ ਸਾਰੀਆਂ ਕੰਡੀਸ਼ਨਾਂ ਫੁੱਲਫਿਲ ਕਰਨਾ ਚਾਹੁੰਦੇ ਹਾਂ ਅਸੀਂ 5 ਮੀਟਰ ਦੀ ਦੂਰੀ ਵੀ ਛੱਡਣਾ ਚਾਹੁੰਦੇ ਹਾਂ ਤੇ ਅਸੀਂ ਇਸ ਪਲੋਟ ਦੀ ਉੱਤੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ 56 ਖੰਬੇ ਚਾਹੀਦੇ ਜੀ ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਕੁਐਸਚਨ ਅੱਗੇ ਚੱਲਦੇ ਹਾਂ ਜੀ ਫਟਾਫਟ

ਠੀਕ ਹੈ ਜੀ ਇਹਨਾਂ ਤੇ ਆਪਾਂ ਕਰ ਦੇਣਾ ਜੀ ਰੰਗਾ ਰੰਗ ਏਸ਼ੀਅਨ ਪੇਂਟ ਕਰ ਦੇਣਾ राजे ਏਸ਼ੀਅਨ ਪੇਂਟ ਕਰ ਦੇਣਾ ਆ ਤਿੰਨ ਜਗ੍ਹਾ ਤੇ ਅਸੀਂ ਕੀ ਕਰ ਦੇਣਾ ਏਸ਼ੀਅਨ ਪੇਂਟ ਤੇ ਆ ਇੱਥੇ राजे ਪੇਂਟ ਨਹੀਂ ਕਰਨਾ ਠੀਕ ਹੈ ਜਿੱਥੇ ਪੇਂਟ ਨਹੀਂ ਕਰਨਾ ਉਹ ਕਿਹੜੀ ਜਗ੍ਹਾ ਹੋਗੀ ਅਨ ਪੇਂਟਿਡ ਅਨ ਪੇਂਟਿਡ ਦੀ ਲੈਂਥ ਸਾਨੂੰ ਦੱਸਤੀ ਜੀ 9 ਮੀਟਰ ਠੀਕ ਹੈ ਜੀ ਆ ਆ ਕੀ ਹੈਗਾ ਸਾਡੇ ਕੋਲ राजे ਅਨ ਪੇਂਟਿੰਗ ਇਹ 9 ਮੀਟਰ ਆ ਗਿਆ ਜੀ ਆ ਲਾਈਨ ਧਿਆਨ ਨਾਲ ਸਮਝਿਆ ਜੇ ਸਮ ਆਫ ਲੈਂਥ ਆਫ ਪੇਂਟਿਡ ਸਾਈਡਸ ਜਿੱਥੇ ਜਿੱਥੇ ਤੁਸੀਂ ਏਸ਼ੀਅਨ ਪੇਂਟ ਕੀਤਾ ਹੈ ਨਾ राजे ਅੱਛਾ ਇਹ 9 ਮੀਟਰ ਨਹੀਂ ਇਹ 9 ਫੁੱਟੇ 9 ਫੁੱਟ ਕੇਰ ਜਿੱਥੇ ਜਿੱਥੇ ਪੇਂਟ ਕੀਤਾ ਉਹ 37 ਮੀਟਰ ਹੈ ਆਵਲੀ ਆਵਲੀ ਤੇ ਇਹ ਸਾਰੀ ਮਿਲਾ ਕੇ ਠੀਕ ਹੈ ਏ ਵਾਲੀ ਏ ਵਾਲੀ ਤੇ ਇਹ ਵਾਲੀ ਸਾਰੀ ਮਿਲਾ ਕੇ ਇਹ ਟੋਟਲ ਕਿੰਨੀ ਹੋ ਰਹੀ ਏ ਇੱਥੋਂ ਲੈ ਕੇ ਇੱਥੋਂ ਤੱਕ ਇਹ ਟੋਟਲ ਹੋ ਰਹੀ ਏ ਸੈਂਟੀਮੀਟਰ ਤਾਂ ਫਟਾਫਟ ਰਾਜਾ ਮੈਨੂੰ ਦੱਸੋ ਆ ਇਹ ਜੇ ਆ ਨੋ ਨੋ ਫੁੱਟ ਹੈਗੀ ਤਾਂ ਸਾਹਮਣੇ ਵਾਲੀ ਇਹ ਵੀ ਕੀ ਹੋਵੇਗੀ ਨੋ ਫੁੱਟ ਠੀਕ ਹੈ ਸੈਂਟੀ ਵਿੱਚੋਂ ਨੋ ਕੱਢ ਦੋ ਕਿੰਨਾ ਬਚੇਗਾ 28 ਮਤਲਬ ਇਹਨਾਂ ਦੋਨਾਂ ਦਾ ਜੋੜ 28 ਹੈ ਤਾਂ ਫਿਰ ਇਹ ਵਾਲੀ ਕਿੰਨੀ ਹੋਵੇਗੀ 14 ਤੇ ਇਹ ਵੀ ਕਿੰਨੀ ਹੋਵੇਗੀ 14 ਠੀਕ ਹੈ ਜੀ ਆਈ ਹੋਪ ਸਮਝ ਆ ਗਿਆ ਹੋਣਾ ਸਾਰੇ ਨੂੰ ਮੈਂ ਦੁਬਾਰਾ ਦੱਸ ਦਿੰਨਾ ਠੀਕ ਹੈ ਆ ਰਾਜੇ ਇੱਕ ਸਾਈਡ ਤੁਸੀਂ ਰੱਖਣੀ ਹੈ ਅਨਪੇਂਟਡ ਤੇ ਬਾਕੀ ਤਿੰਨਾਂ ਤੇ ਕੀ ਕਰਨਾ ਹੈ ਪੇਂਟ ਕਰਨਾ ਪੇਂਟ ਕਰਨਾ ਜਿੱਥੇ ਜਿੱਥੇ ਪੇਂਟ ਹੋਇਆ ਉਹ ਹੈਗਾ 37 ਫੁੱਟ ਜਿੱਥੇ ਪੇਂਟ ਨਹੀਂ ਹੋਇਆ ਅਨ ਪੇਂਟਿਡ ਵਾਲਾ ਰੱਜ ਕਿੰਨਾ ਹੈਗਾ 9 ਫੁੱਟ ਅਗਰ ਇਹ 9 ਫੁੱਟ ਹੈ ਤਾਂ ਇਸ ਦੇ ਸਾਹਮਣੇ ਵਾਲਾ ਕੀ ਹੋਵੇਗਾ ਰੱਜ ਠੀਕ ਹੈ 9 ਫੁੱਟ ਦੇ ਸਾਹਮਣੇ ਇਹ ਵੀ ਕੀ ਹੋਵੇਗਾ 9 ਫੁੱਟ ਅਗਰ ਇਹ 9 ਫੁੱਟ ਹੈ ਤਾਂ ਫਿਰ 37 ਵਿੱਚੋਂ 9 ਕੱਢ ਦਾਂਗੇ 28 ਫੁੱਟ ਠੀਕ ਹੈ ਮਤਲਬ ਆ ਦੋਨੋਂ ਇਹਨਾਂ ਦੋਨਾਂ ਨੂੰ ਮਿਲਾ ਕੇ 28 ਫੁੱਟ ਬੰਦਾ ਪਿਆ ਤਾਂ ਆਪ ਹੀ ਸੋਚ ਲਓ ਰਜੇ ਇਹ ਦੋਨੋਂ ਬਰਾਬਰ ਨੇ ਨਾ ਰੈਕਟੈਂਗਲ ਏ ਠੀਕ ਹੈ एवीएल एवीएल ਤਾਂ ਐਲ ਪਲੱਸ ਐਲ 28 ਆ ਰਿਹਾ ਤਾਂ ਫਿਰ ਐਲ ਕਿੰਨਾ ਆ ਜਾਏਗਾ ਜੀ 14 ਫੁੱਟ ਤੀ ਪੁੱਛਿਆ ਏਰੀਆ ਆਫ ਦਾ ਪਾਰਕਿੰਗ ਏਰੀਆ ਦੱਸ ਦਿਓ ਜੀ ਲੋ ਜੀ ਬੜਾ ਸੁਖਾ ਕੁਐਸਚਨ ਲੰਬਾਈ ਗੁਣਾ ਚੌੜਾਈ ਲੰਬਾਈ ਕਿੰਨੀ ਆਈ ਜੀ 14 ਫੁੱਟ ब्रैथ किए जी चौड़ाई किए जी नौ फुट ठीक है कि दस गुना नौ करोगे नब्बे नाम चुका छत्तीस एक सौ छब्बीस एक सौ छब्बीस आंसर आ गया अगे चलने आ जी क्वेश्चन नंबर सैवंथ लेंथ ध्यान देखियो राजे लेंथ ऑफ रैक्टेंगुलर प्लॉट इज सिकसेंट मोर दैन इट्स ਜਿਹੜੀ ਲੈਂਥ ਹੈ ਨਾ ਲੰਬਾਈ ਉਹ ਬ੍ਰੈਥ ਨਾਲ 60% ਜ਼ਿਆਦਾ ਹੈ ਦੇਖੋ ਵਰਡ ਉਹਨਾਂ ਨੇ ਯੂਜ਼ ਕਰਤਾ ਮੋਰ ਤਾਂ ਜਦੋਂ ਵੀ ਅਜੇ ਪਰਸੈਂਟੇਜ ਵਾਲੇ ਕੁਐਸਚਨ ਆਗੇ ਨਾ ਪਰਸੈਂਟੇਜ ਵਾਲੇ ਕੁਐਸਚਨ ਇਹ ਆਪਾਂ ਰੇਸ਼ਿਓ ਦੀ ਹੈਲਪ ਨਾਲ ਕਰਾਂਗੇ ਰੇਸ਼ਿਓ ਦੀ ਹੈਲਪ ਨਾਲ ਕਰਾਂਗੇ ਜੀ ਹਨਾ ਅਗਰ 200 ਹੈਗਾ ਤਾਂ ਜਿਹੜੀ ਲੈਂਥ ਹੈਗੀ ਨਾ ਉਸ ਤੋਂ 60% ਜ਼ਿਆਦਾ ਹੈ 100 ਦਾ 60% ਜ਼ਿਆਦਾ ਕਰੋਗੇ ਨਾ राजे 160 ਬਣ ਜਾਏਗਾ ਠੀਕ ਹੈ ਜੀ ਦੇਖੋ 60% ਜ਼ਿਆਦਾ 60% ਜ਼ਿਆਦਾ ਇਹਦਾ ਮਤਲਬ ਕੀ ਰਾਜੇ 100 ਮਗਰ 60 ਜ਼ਿਆਦਾ ਮਤਲਬ ਮੇਰੇ ਕੋਲ ਜੇ 100 ਰੁਪਏ ਹੈਗਾ ਇਹ ਮੇਰੇ ਕੋਲ ਰਾਜੇ ਠੀਕ ਹੈ ਇਹ ਮੇਰੇ ਕੋਲ 100 ਰੁਪਏ ਤਾਂ ਤੁਹਾਡੇ ਕੋਲ ਕਿੰਨਾ ਹੋਏਗਾ ਰਾਜੇ ਆਪੇ ਸੋਚ ਕੇ ਦੱਸੋ ਤੁਹਾਡੇ ਕੋਲ ਕਿੰਨੇ ਪੈਸੇ ਹੋਣਗੇ ਅਗਰ ਮੇਰੇ ਕੋਲ 100 ਰੁਪਏ ਹੈ ਤਾਂ ਤੁਹਾਡੇ ਕੋਲ ਕਿੰਨੇ ਪੈਸੇ ਉਹ ਤੁਹਾਡੇ ਕੋਲ 60% ਜ਼ਿਆਦਾ ਤੁਹਾਡੇ ਕੋਲ 60 100 ਮਗਰ 60 ਜ਼ਿਆਦਾ ਜੇ ਮੇਰੇ ਕੋਲ 100 ਹੈ ਤੁਹਾਡੇ ਕੋਲ 60 ਜ਼ਿਆਦਾ ਤਾਂ 160 ਠੀਕ ਹੈ ਫਿਰ ਇਸ ਨੂੰ ਥੋੜਾ ਛੋਟਾ ਕੀਤਾ ਜਾਵੇ ਆ ਰੇਸ਼ੋ ਸਮਝ ਆ ਗਈ ਹੋਣੀ ਆਈ ਹੋਪ ਸਾਰਿਆਂ ਨੂੰ ਠੀਕ ਹੈ ਹੁਣ ਜ਼ੀਰੋ ਨਾਲ ਜ਼ੀਰੋ ਕੱਟ ਦੋ ਇਸ ਨੂੰ ਹੋਰ 2 ਤੇ ਭਾੜੇ ਤੇ ਕੱਟ ਦੋ ਜੀ 8 ਦੋਨੇ 16 5 ਦੋਨੇ 10 ਤਾਂ ਆਪਾਂ 8 ਤੇ 5 ਲੈ ਕੇ ਚੱਲਦੇ ਆ ਜੀ ਆਪਾਂ 8 ਤੇ 5 ਲੈ ਕੇ ਚੱਲਦੇ ਆ ਤਾਂ ਅਗਰ L8 ਹੈਗਾ ਤੇ L ਜਿਹੜਾ ਹੈਗਾ ਤੁਹਾਡਾ A8 B ਤੁਹਾਡਾ 5 ਤਾਂ ਮਲਟੀਪਲਾਈ ਕਰਕੇ ਕੀ ਆਉਣਾ ਹੁੰਦਾ ਏਰੀਆ ਏਰੀਆ ਤੁਹਾਡਾ 40 ਹੋ ਗਿਆ ਏਰੀਆ ਤੁਹਾਡਾ ਕਿੰਨਾ ਹੋ ਗਿਆ 8 5 40 ਇੰਨਾ ਚ ਡਿਫਰੈਂਸ ਕਿੰਨਾ ਹੈ ਫਰਕ ਕਿੰਨਾ ਰਜੇ ਇੰਨਾ ਚ ਕਿੰਨਾ ਡਿਫਰੈਂਸ ਹੈਗਾ ਡਿਫਰੈਂਸ ਕਿੰਨਾ ਹੈਗਾ ਇੰਨਾ ਚ ਇੰਨਾ ਚ 8 ਤੇ 5 ਕਿੰਨਾ ਡਿਫਰੈਂਸ ਹੈਗਾ 3 3 ਨਾ ਲਿਖੋ राजे 3 ਲਿਖਣਾ ਥੋੜਾ ਜਿਹਾ ਗਲਤ ਹੋ ਜਾਏਗਾ ਆਪਾਂ ਲਿਖਨੇ ਆ 3 ਯੂਨਿਟ ਇੱਥੇ ਵੀ राजे ਲਿਖਨੇ ਆ 40 ਯੂਨਿਟਸ ਹੁਣ ਇੱਥੇ ਆਉ राजे ਕੁਐਸਚਨ ਵੱਲ ਚੱਲੋ ਜੀ ਦੁਬਾਰਾ ਲੈਂਥ ਆਫ ਅ ਰੈਕਟੈਂਗੂਲਰ ਪਲੋਟ ਇਜ਼ 60 60 ਪਰਸੈਂਟ ਮੋਰ ਦੈਨ ਇਟਸ ਬ੍ਰੈਥ ਸਮਝ ਆ ਗਿਆ ਠੀਕ ਹੈ ਇਫ ਦਾ ਡਿਫਰੈਂਸ ਬਿਟਵੀਨ ਦਾ ਲੈਂਥ ਐਂਡ ਦਾ ਬ੍ਰੈਥ ਆਫ ਦਾ ਰੈਕਟੈਂਗਲ ਇਜ਼ 24 ਸੈਂਟੀਮੀਟਰ ਅਗਰ ਦੋਨਾਂ ਦੇ ਵਿਚਕਾਰ ਜਿਹੜਾ ਫਰਕ ਹੈਗਾ ਉਹ 24 ਸੈਂਟੀਮੀਟਰ ਹੈ ਉਹ ਕਿੰਨਾ ਹੈਗਾ 24 ਸੈਂਟੀਮੀਟਰ ਅਬ ਆਪਾਂ ਕਿੰਨਾ ਫਰਕ ਕੱਢਿਆ ਰਾਜੇ 3 ਯੂਨਿਟਸ ਉਹਨਾਂ ਨੇ ਕਿੰਨਾ ਫਰਕ ਕੱਢਿਆ ਉਹਨਾਂ ਨੇ ਫਰਕ ਕੱਢਿਆ 24 ਦਾ ਤਾਂ ਤੁਹਾਡੇ 3 ਯੂਨਿਟਸ ਤੇ ਉਹਨਾਂ ਦਾ 24 ਸੈਂਟੀਮੀਟਰ ਠੀਕ ਹੈ ਇਹ ਆਪਣ ਇਹ ਆਪਾਂ ਫਰਕ ਕੱਢਿਆ राजे ਇਹ ਆਪਣਾ ਫਰਕ ਹੈ ਇਹ ਆਪਣਾ ਫਰਕ ਹੈ ਡਿਫਰੈਂਸ ਇਹ ਉਹਨਾਂ ਦਾ ਫਰਕ ਹੈ ਠੀਕ ਹੈ ਜੋ ਆਪਾਂ ਨੂੰ ਗਿਵਨ ਹੈਗਾ ਤਾਂ ਇੱਕ ਯੂਨਿਟਸ ਦੀ ਇੱਕ ਯੂਨਿਟ ਦੀ ਵੈਲਿਊ ਕਿੰਨੀ ਆ ਗਈ 8 ਸੈਂਟੀਮੀਟਰ ਏਰੀਆ ਕਹਿੰਦਾ ਆਪਾਂ ਏਰੀਆ ਕੱਢ ਦੋ ਜੀ ਆਪਾਂ ਆਪਾਂ ਨੂੰ ਕੀ ਕਹਿ ਰਿਹਾ ਵੀ ਤੁਸੀਂ ਕੀ ਕੱਢ ਲਓ ਠੀਕ ਹੈ ਏਰੀਆ ਕੱਢ ਦੋ ਵੀ ਆਪੇ ਸੋਚ ਨੋ ਰਾਜੇ ਇੱਕ ਯੂਨਿਟ ਦੀ ਵੈਲਿਊ ਕਿੰਨੀ ਆ ਗਈ 8 ਸੈਂਟੀਮੀਟਰ ਤਾਂ ਐਲ ਕਿੰਨਾ ਆ ਜਾਏਗਾ ਐਲ ਕਿੰਨਾ ਹੈਗਾ 8 ਯੂਨਿਟ ਆਹ ਵੇਖੋ ਨਾ ਰਾਜੇ ਐਲ ਕਿੰਨਾ ਹੈਗਾ ਤੁਹਾਡਾ 8 ਯੂਨਿਟ ਤਾਂ ਇੱਕ ਯੂਨਿਟ ਦੀ ਵੈਲਿਊ 8 ਸੈਂਟੀਮੀਟਰ ਤੇ 8 ਯੂਨਿਟ ਦੀ ਕਿੰਨੀ ਹੋ ਜੇਗੀ 8 8 64 ਬ੍ਰੈਡਥ ਕੱਢ ਲਓ ਜੀ ਬ੍ਰੈਡਥ ਕਿੰਨੀ ਹੈਗੀ ਤੁਹਾਡੇ ਕੋਲ 5 ਯੂਨਿਟਸ ਤਾਂ ਇੱਕ ਯੂਨਿਟ ਦੀ ਵੈਲਿਊ ਰਾਜੇ ਇੱਕ ਯੂਨਿਟ ਦੀ ਵੈਲਿਊ ਆਪਾਂ ਕੱਢ ਲੈਣੀ ਸੀ ਕੱਢ ਲਈ ਸੀ ਨਾ ਰਾਜੇ ਇੱਥੋਂ 3 ਯੂਨਿਟ ਦੀ 24 ਸੀ ਤਾਂ 1 ਯੂਨਿਟ ਦੀ 8 ਆ ਜਾਏਗੀ 5 ਯੂਨਿਟ ਦੇ ਕਿੰਨੇ ਆ ਜਾਏਗੀ ਜੀ 8 2 5 40 ਤਾਂ ਏਰੀਆ ਕੱਢਣ ਨੂੰ ਕਹਿ ਰਿਹਾ ਦੱਸੋ ਜੀ ਕਿੰਨੀ ਕੁ ਔਖੀ ਗੱਲ ਹੈ ਜੀ ਏਰੀਆ l b ਠੀਕ ਹੈ 64 40 ਆਨਸਰ ਆ ਗਿਆ ਤੁਹਾਡੇ ਕੋਲ 4 4 16 छे चौक चौबीस एक पची यूनिट चल पे अपने सेंटीमीटर स्केर पची सौ साठ पची सौ साठा आंसर है जी अगे चलने अगे चलने आप ठीक है, है जी क्वेश्चन नंबर सैवंथ कर चुके हैं क्वेश्चन नंबर एटथ वाल चलने जी एट क्वेश्चन की कह रहे हैं जी लेंथ ऑफ रेक्टेंगुलर प्लॉट इज 20 मीटर मोर देन इट्स ब्रेथ ठीक है जी लेंथ ज्यादा है लेंथ की होगी ये ਤੁਹਾਡੇ प्लॉट दी ज्यादा रेक्टेंगुलर प्लॉट है लेंथ 20 मीटर ज्यादा अगर ए एक्स है अगर ਤੁਹਾਡੇ तो प्लॉट दी ब्रेथ एक्स है तो लेंथ कितनी हो जाएगी 20 मीटर ज्यादा ठीक है जी 20 मीटर ज्यादा कॉस्ट ऑफ फेंसिंग द प्लॉट इज 26 ਰੁਪਏ ਲੱਗਨੇ ਜੀ 1 ਮੀਟਰ ਦੇ ਤੇ ਟੋਟਲ ਕੋਸਟ ਦੱਸੀ ਹੋਈ ਜੀ ਇਹ ਕਿੰਨੀ ਹੋ ਗਈ ਰਜੇ 5300 ਕੀ ਦਿੱਤੀ ਹੋਈ ਹੈ ਟੋਟਲ ਕੋਸਟ ਇਹ ਕੀ ਦਿੱਤੀ ਹੋਈ ਰਜੇ ਯੂਨਿਟ ਕੋਸਟ ਟੋਟਲ ਕੋਸਟ ਦਿੱਤੀ ਹੈ ਜੀ ਯੂਨਿਟ ਕੋਸਟ ਦਿੱਤੀ ਹੈ ਤੇ ਗੱਲ ਕਿੰਦੀ ਚੱਲਦੀ ਪਈ ਹੈ ਕੋਸਟ ਆਫ ਫੈਂਸਿੰਗ 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 ਦਾ ਮਤਲਬ ਕੀ ਹੈ ਬੰਨੇ 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 ਕੁਝ ਕੰਡਿਆਂ ਵਾਲੀ ਤਾਰ ਲਾਣੀ ਹੈ ਤਾਂ ਮੈਂ ਰਾਜੇ ਤੁਹਾਨੂੰ ਅੱਜ ਹੀ ਦੱਸਿਆ ਸੀ ਵੀ ਇੱਥੋਂ ਤੁਸੀਂ ਡਿਵਾਈਡ ਕਰੋਗੇ ਟੋਟਲ ਕੋਸਟ ਅਪੋਨ ਯੂਨਿਟ ਕੋਸਟ ਤੁਹਾਡੇ ਕੋਲ ਕੀ ਆਏਗਾ ਜਦੋਂ ਬੰਨੇ-ਬੰਨੇ ਦੀ ਗੱਲ ਚੱਲੇਗੀ ਫੈਂਸਿੰਗ ਦੀ ਗੱਲ ਚੱਲੇਗੀ ਪੈਰੀਮੀਟਰ ਆਵੇਗਾ ਕੀ ਆਏਗਾ ਪੈਰੀਮੀਟਰ 53 100 نیچے ਕਿੰਨੇ ਰਾਜੇ 26.50 ਰੁਪਏ ਠੀਕ ਹੈ ਜੀ ਤੁਹਾਡੇ ਕੋਲ ਆ ਜਾਏਗਾ ਪੈਰੀਮੀਟਰ ਪੈਰੀਮੀਟਰ ਕੀ ਹੋਏਗਾ राजे ਇਸ ਦਾ ਐਕਸ ਹੈ ਨਾ ਅ ਰੈਕਟੈਂਗਲ ਦਾ ਰੈਕਟੈਂਗਲ ਦਾ ਪੈਰੀਮੀਟਰ ਕੀ ਹੁੰਦਾ 2 ਟਾਈਮਸ ਐਲ ਪਲੱਸ ਬੀ ਤਾਂ ਸਾਡੇ 26 राजे 53 ਨੂੰ ਕੱਟੇਗਾ 2 ਤੇ ਠੀਕ ਹੈ ਐਲ ਪਲੱਸ ਬੀ ਤੁਹਾਡੇ ਕੋਲ ਕਿੰਨਾ ਆ ਗਿਆ 100 ਆ ਜਾਏਗਾ ਦੇਖੋ ਆ ਦੋ ਆ ਵਾਲਾ ਦੋ ਇਸ ਦੋ ਨੂੰ ਕੱਟ ਦੋਵੇਗਾ ਐਲ ਕਿੰਨਾ ਹੈਗਾ ਤੁਹਾਡੇ ਕੋਲ ਐਕਸ ਪਲੱਸ 20 ਬੀ ਕਿੰਨਾ ਹੈਗਾ ਜੀ ਐਕਸ ਹੈਗਾ ठीक है टू एक्स की वैल्यू 80 आ गई जी एक्स की वैल्यू आ गई फोर्टी ठीक है जी एक्स की वैल्यू आ गई की कहता है जी कट दो लेंथ की कट दो जी लेंथ तो चाली आंसर ना लाओ बैठी हो जी चाली गलत हो जाएगा क्योंकि एता तो की वैल्यू आई है लेंथ की हैगी प्लस ट्वेंटी सिक्सटी आंसर है जी इतना ला दियो आंसर आएगा सिक्सटी हाँ जी क्वेश्चन नंबर नाइन क्वेश्चन नंबर नाइन की है, तो एक है जी ओने की करना है डिवाइड ठीक है करनी है आधे खेत की वीटू टू पार्ट दो हिस्सा फ्रॉम वन कोरनर टू अदर यूजिंग फैंस फैंस मतलब फिर कंडा वाली तार लानी राजे एक कोरनर तो दूजे कोरनर तक ओने लानी है कंडया वाली ਤਾਰ ਰੈਕਟੈਂਗੂਲਰ ਫੀਲਡ ਹੈਗਾ राजे ਤੁਹਾਡੇ ਕੋਲ ਹੈਗਾ ਰੈਕਟੈਂਗੂਲਰ ਫੀਲਡ ਰੈਕਟੈਂਗਲ ਦੀ ਪ੍ਰੋਪਰਟੀ ਹੁੰਦੀ ਸੀ ਵੀ ਸਾਰੇ ਐਂਗਲ ਕੀ ਹੁੰਦੇ ਨੇ 90 ਡਿਗਰੀ ਮੈਂ ਦੱਸਿਆ ਸੀ ਨਾ राजे ਆਪਣੀ ਪਿਛਲੀ ਵੀਡੀਓ 'ਚ ਵੀ ਰੈਕਟੈਂਗਲ ਦੇ ਹੌਸਲੇ ਕੀ ਹੁੰਦੇ ਨੇ ਬੁਲੰਦ ਹੌਸਲੇ ਬੁਲੰਦ ਮਤਲਬ ਇਹ ਸਿੱਧੀ ਖੜੀ ਰਹਿੰਦੀ ਹੈ ਸਿੱਧੀ ਠੀਕ ਹੈ ਸਿੱਧੀ ਮਤਲਬ ਈਚ ਐਂਗਲ ਇੰਦੇ ਸਾਰੇ ਐਂਗਲ ਕੀ ਹੁੰਦੇ राजे ਇਸ ਦੇ 90 ਡਿਗਰੀ ਠੀਕ ਹੈ ਜੀ ਤਾਂ ਉਹ ਕਹਿ ਰਿਹਾ ਵੀ ਬੰਨੇ ਇਸ ਨੂੰ ਇੱਕ ਕੋਰਨਰ ਤੋਂ ਦੂਜੇ ਕੋਰਨਰ ਦੇ ਆਪਾਂ ਕੀ ਲਾਣੀ ਹੈ ਜੀ ਫੈਂਸ ਏਰੀਆ ਕਿੰਨਾ ਹੈਗਾ ਇਸ ਦਾ 540 ਤੇ ਆ ਲੈਂਥ ਕਿੰਨੀ ਦਿੱਤੀ ਜੀ ਇਹਨਾਂ ਨੇ 36 ਬ੍ਰੈਡਥ ਪਤਾ ਨਹੀਂ ਤਾਂ ਏਰੀਆ ਤੁਹਾਨੂੰ ਦਿੱਤਾ ਹੋਇਆ ਹੈ ਹਨਾ ਤਾਂ ਆਪੇ ਸੋਚੋ राजे ਏਰੀਆ ਕੀ ਹੁੰਦਾ ਲੈਂਥ ਇੰਟੂ ਬ੍ਰੈਡਥ ਇਹ ਤੁਹਾਡੇ ਇਹਨੂੰ ਸੋਲਵ ਨਹੀਂ ਕਰਨਾ ਪੇਪਰ 'ਚ ਇਹ ਦਿਮਾਗ 'ਚ ਆ ਜਾਣਾ ਚਾਹੀਦਾ ਏਰੀਆ 540 ਦਿੱਤਾ ਹੈ ਜੀ ਲੈਂਥ ਤੁਹਾਨੂੰ ਦਿੱਤੀ ਜੀ 36 ਤਾਂ ਆਹ ਤਾਂ ਤੁਹਾਡੇ ਤੁਹਾਡੇ ਦਿਮਾਗ 'ਇਥੋਂ ਸ਼ੁਰੂ ਕਰਨਾ ਚਾਹੀਦਾ ਪੇਪਰ 'ਚ ਵੀ b ਦੀ ਵੈਲਿਊ 540 36 ਆਏਗੀ ਤੁਸੀਂ ਪੇਪਰ 'ਚ ਤੁਹਾਡਾ ਦਿਮਾਗ ਇਥੋਂ ਸ਼ੁਰੂ ਹੋਣਾ ਚਾਹੀਦਾ ਵੀ ਸਿੱਧਾ-ਸਿੱਧਾ ਤੁਹਾਡੇ ਦਿਮਾਗ 'ਚ ਆਉਣਾ ਚਾਹੀਦਾ ਵੀ 540 36 ਕਰਨਾ ਮੈਨੂੰ ਸਿੱਧਾ-ਸਿੱਧਾ ਬ੍ਰੈਥ ਮਿਲ ਰਹੀ ਹੈ ਜੀ ਹਨਾ ਕਿੰਨਾ ਆਏਗਾ ਜੇ ਸੋਲਵ ਕਰਕੇ ਇਹਨੂੰ ਕੱਟੋਗੇ ਤੁਸੀਂ b ਦੀ ਵੈਲਿਊ ਆ ਜਾਏਗੀ ਜੀ 15 ਆ ਰਹੀ ਹੈ ਠੀਕ ਹੈ ਕੱਟ ਕੇ ਦੇਖ ਲਓ ਤੁਸੀਂ ਹੈ ਨਾ ਨੌ ਦੇ ਟੇਬਲ ਤੇ ਕੱਟ ਦਿਓ ਜੀ ਨਾਮ ਚੁੱਕ 36 ਨਾਮ ਚਿਕ 54 15 ਚੁੱਕੀ 60 ਬ੍ਰੈਡਥ ਆ ਗਈ ਜੀ ਹਨਾ ਹੁਣ ਪੁੱਛਦਾ ਕੀ ਪਿਆ ਹੈ ਵਾਟ ਵਿਲ ਬੀ ਦਾ ਲੈਂਥ ਆਫ ਫੈਂਸ ਨੀਡਡ ਹੁਣ ਪਹਿਲਾਂ ਇਹ ਵੇਖ ਲਓ ਰਾਜੇ ਫੈਂਸ ਲਗਾਣੀ ਕਿੱਥੇ ਫੈਂਸ ਲਗਾਣੀ ਹੈ ਇੱਕ ਕੋਰਨਰ ਤੋਂ ਦੂਜੇ ਕੋਰਨਰ ਤਾਂ ਜਿੰਨੀ दी वैल्यू होएगी फेंस, तो फेंस, फेंस, फेंस चाहिए एच किन्ने बराबर है रूट ऑफ एल स्केर प्लस बी स्केर। एल कि आ गया राजे तो एल छत्ती दिता उन्होंने बी कि आ गया राजे पंद्रह ਠੀਕ ਹੈ ਮੇਰੀ ਪਹਿਲੀ ਵੀਡੀਓ ਨੂੰ ਯਾਦ ਕਰੋ ਰਾਜੇ ਪਹਿਲੀ ਵੀਡੀਓ ਮੈਂ ਬਣਾਈ ਸੀ ਸਪੀਡ ਮੈਥ ਤੇ ਸਪੀਡ ਮੈਥ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ 1 ਤੋਂ ਲੈ ਕੇ 30 ਤੱਕ ਦੇ ਸਕੁਅਰ ਤੋਂ ਮੂਝਬਾਨੀ ਯਾਦ ਕਰ ਲਓ ਜੀ ਹਨਾ ਤਾਂ ਅਗਰ ਤੁਸੀਂ ਉਹ ਮੇਰੀ ਵੀਡੀਓ ਵੇਖੀ ਹੈ ਸਕੁਅਰ ਯਾਦ ਕੀਤੇ ਨੇ ਤਾਂ 15 ਦਾ ਸਕੁਅਰ ਤੁਸੀਂ ਲਗਾ ਦੇਣਾ 225 ਫਟਾਫਟ 36 ਦਾ ਸਕੁਅਰ ਰਾਜੇ ਅਗਰ ਕੋਈ ਕੋਈ ਵੱਡਾ ਸਕੁਅਰ ਆ ਜਾਏ ਉਸ ਦੀ ਵੀ ਮੈਂ ਤੁਹਾਨੂੰ ਕੱਢਣ ਦਾ ਤਰੀਕਾ ਦੱਸਿਆ ਸੀ ਵੀ 36 ਦਾ ਸਕੁਅਰ ਰਾਜੇ ਤੁਸੀਂ ਕਿਵੇਂ ਕੱਢਣਾ ਹੈ ਇੰਦੇ ਵਾਸਤੇ ਬੇਸ ਕਿੰਨਾ ਹੈਗਾ ਰਾਜੇ ਬੇਸ ਹੈਗਾ ਸਾਡੇ ਕੋਲ 50 ਇਹ 50 ਤੋਂ ਕਿੰਨਾ ਘਟੇ ਠੀਕ ਹੈ 50 ਤੋਂ ਕਿੰਨਾ ਘਟੇ ਰਾਜੇ 36 ਦਾ ਸਕਰ ਇੰਦੇ ਵਾਸਤੇ ਬੇਸ ਕੀ ਲਵੋ ਤੁਸੀਂ 50 ਠੀਕ ਹੈ ਇਹ 50 ਤੋਂ ਕਿੰਨਾ ਘਟੇ 14 ਘਟੇ ਠੀਕ ਹੈ ਤਾਂ 14 ਦਾ ਸਕੁਅਰ ਕਰੋਗੇ ਕਿੰਨਾ ਆ ਜਾਏਗਾ 196 ਇਹ ਬੱਚਿਆਂ ਦਾ ਕਮਰਾ ਹੈ ਇਹ ਬੱਚਿਆਂ ਦਾ ਕਮਰਾ ਹੈ ਇਹ ਪੇਰੈਂਟਸ ਦਾ ਕਮਰਾ ਹੈ ਠੀਕ ਹੈ ਤਾਂ ਬੱਚੇ ਕਿੰਨੇ ਚੰਗੇ ਹੁੰਦੇ ਨੇ ਬੱਚੇ ਦੋ ਹੀ ਵਧੀਆਂ ਹੁੰਦੇ ਘਰ ਦੇ ਵਿੱਚ ਬੱਚੇ ਦੋ ਹੀ ਅੱਛੇ ਤਾਂ ਇਹ ਕੌਣ ਨੇ ਇਹ ਨੇ ਮਾਮਾ ਜੀ ਇਹ ਨੇ ਸਾਡੇ ਮਾਮਾ ਜੀ ਮਾਮਾ ਜੀ ਨੂੰ ਕਿੰਨਾ ਦੇ ਕਮਰੇ 'ਚ ਭੇਜਾਂਗੇ ਪੇਰੈਂਟਸ ਦੇ ਕਮਰੇ 'ਚ ਠੀਕ ਹੈ ਤਾਂ ਦੇਖੋ ਪੇਰੈਂਟਸ ਦੇ ਕਮਰੇਜ ਕੀ ਆਵੇਗਾ ਜੇ 22 ਨੂੰ ਕਿੰਨਾ ਗੁਣਾ ਕਰਾਂਗੇ 1/2 ਨਾਲ ਉਹ ਕਿਉਂ ਕੀਤਾ ਕਿਉਂਕਿ ਬੇਸ ਕੀ ਹੈਗਾ ਸੀ 50 ਤੇ ਮੇਰੀ ਪੁਰਾਣੀ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਵੀ 1/2 ਕਿਉਂ ਮਲਟੀਪਲਾਈ ਹੋਇਆ 22 ਨੂੰ 1/2 ਨਾਲ ਗੁਣਾ ਕਰਾਂਗੇ ਕਿੰਨਾ ਆ ਜਾਏਗਾ 11 ਮਾਮਾ ਜੀ ਨੂੰ ਐਡ ਕਰਕੇ ਕਿੰਨਾ ਆ ਜਾਏਗਾ 11 1 12 196 ਇੱਥੇ ਲਿਖੋ ਜੀ 1296 ਠੀਕ ਹੈ ਇਹ ਨੂੰ ਐਡ ਕਰੋ ਜੀ ਕਿੰਨਾ ਆ ਜਾਏਗਾ ਤੁਹਾਡੇ ਕੋਲ 5 6 11 9 11 ਤੇ 1 12 2 2 4 ਤੇ 1 5 1 ਹੁਣ 1521 ਆ ਗਿਆ ਠੀਕ ਹੈ ਇੱਕ ਤਾਂ ਇਹ ਤਰੀਕਾ ਹੈਗਾ ਜੇ 1521 ਆ ਗਿਆ অপਸ਼ਨ ਵੇਖ ਲਓ ਫਟਾਫਟ 9 ਦਾ ਸਕੁਅਰ ਕਰਨ ਤੇ ਠੀਕ ਹੈ ਪਰ ਇੱਥੇ ਰੋਲ ਹੈਗਾ ਨਨ ਵੀ ਲਿਖਿਆ ਹੈ ਨਾ ਤਾਂ ਗਲਤ ਵੀ ਹੋ ਸਕਦਾ ਠੀਕ ਹੈ ਵੈਸੇ ਤਾਂ ਇਹਦੀ ਪੋਸਿਬਿਲਟੀ ਵੀ ਹੈਗੀ ਇਹ ਨਾਮ ਨਮ ਕਿਐਸੀ ਫਿਰ ਵੀ 1521 ਬਣ ਜਾਏਗਾ ਇਸ ਦੀ ਵੀ ਪੋਸਿਬਿਲਟੀ ਹੈਗੀ ਏ 41 ਦੀ ਦੇਖੋ 40 ਦਾ ਸਕੁਅਰ ਕਰਨ ਨਾਲ ਕਦੀ ਵੀ 1521 ਨਹੀਂ ਬਣੇਗਾ ਯੂਨਿਟ ਪਲੇਸ ਤੇ 1 ਤਾਂ ਆਨ ਹੋ ਰਿਹਾ ਇਹ ਵੀ ਗਲਤ ਹੋ ਗਈ ਆਪਸ਼ਨ ਠੀਕ ਹੈ ਇੱਥੇ ਪਿੱਛੇ 2 ਹੈਗਾ 2 42 ਦਾ ਸਕੁਅਰ ਕਰੋਗੇ ਤਾਂ ਪਿੱਛੇ 4 ਆਵੇਗਾ ਇੱਥੇ ਯੂਨਿਟ ਪਲੇਸ ਤੇ ਕਿੰਨਾ ਹੈਗਾ 1 ਹੈਗਾ ਠੀਕ ਹੈ ਪਰ ਹੁਣ ਫਿਰ ਅਸੀਂ ਡਾਊਟs ਆ 39 ਹੋ ਸਕਦਾ ਹੈ ਕਿ 41 ਹੋ ਸਕਦਾ ਹੈ ਕਿ ਨੰਨ ਵੀ ਆ ਸਕਦਾ ਹੈ ਤਾਂ ਇਸ ਦੇ ਵਸਤੇ ਵੀ ਮੈਂ ਤੁਹਾਨੂੰ ਰਜੇ ਇੱਕ ਦੱਸਿਆ ਸੀ ਸਕਅਰੂਟ ਕੱਢਣ ਦੀ ਟ੍ਰਿਕ ਦੱਸੀ ਸੀ ਸਕਅਰੂਟ ਕੱਢਣ ਦੀ ਟ੍ਰਿਕ ਲਗਾਓਗੇ ਤਾਂ 1521 ਧਿਆਨ ਨਾਲ ਸਮਝੋ ਰਾਜੇ ਪਹਿਲਾਂ ਤਾਂ ਰਾਜੇ ਮੈਂ ਤੁਹਾਨੂੰ ਕਿਹਾ ਸੀ ਯੂਨਿਟ ਪਲੇਸ ਵੇਖੋ ਇੱਥੇ ਕਿੰਨਾ ਹੈਗਾ ਇੱਥੇ 1 ਹੈਗਾ ਠੀਕ ਹੈ ਆਪਾਂ ਵੀ 1 ਲਿਖ ਦਾਂਗੇ ਇੱਕ ਵਾਸਤੇ 1 ਲਿਖਣਾ ਜੇ ਨਹੀਂ ਪਤਾ ਕਿਉਂ ਲਿਖਣਾ ਹੈ ਤਾਂ ਮੇਰੀ ਪਹਿਲੀ ਵੀਡੀਓ ਜਾ ਕੇ ਵੇਖੋ ਜੀ ਉੱਥੇ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਫਿਰ ਪਿਛਲੇ ਦੋ ਨੰਬਰ ਕੱਟ ਦੇਨੇ ਨੇ ਬਾਕੀ ਬਚਿਆ 15 15 ਦੇ ਨੇੜੇ ਤੋਂ ਨੇੜੇ ਕਿੰਦਾ ਸਕਅਰ ਹੈਗਾ 4 ਦਾ 4 ਦਾ ਸਕੁਅਰ ਕਿੰਨਾ ਹੁੰਦਾ 16 ਠੀਕ ਹੈ ਜੀ ਫਿਰ ਇਹ ਦੇਖੋ ਰਾਜੇ ਇਹ ਇਹ ਕੋਨ ਹੋ ਤੁਸੀਂ ਇਹ ਤੁਸੀਂ ਹੋ ਇਹ ਕੋਨ ਹੋ ਤੁਸੀਂ ਤੁਸੀਂ ਕਿੱਥੇ ਰਹਿੰਦੇ ਹੋ ਚਬਾਰੇ ਤੇ ਚਬਾਰੇ ਤੇ ਹਨਾ ਤਾਂ ਤੁਸੀਂ ਕੀ ਹੈਗੇ ਇਸ ਤੋਂ ਜ਼ਿਆਦਾ ਜ਼ਿਆਦਾ ਵਾਸਤੇ ਮੈਂ ਕੀ ਦੱਸਿਆ ਸੀ ਤੁਹਾਨੂੰ ਜ਼ਿਆਦਾ ਵਾਸਤੇ ਕੀ ਕਰਨਾ ਹੁੰਦਾ ਮਾਈਨਸ ਠੀਕ ਹੈ ਇੱਥੇ ਆਪਾਂ ਕੀ ਲਗਾ ਦਾਂਗੇ ਮਾਈਨਸ ਆ ਕੀ ਹੈਗਾ ਰਾਜੇ 4 4 ਨੂੰ ਇੱਥੇ ਰੱਖਾਂਗੇ ਪਰ ਨજર ਨਾ ਲੱਗੇ ਇਹਨੂੰ ਕਾਲਾ ਟਿੱਕਾ ਲਗਾ ਕੇ ਠੀਕ ਹੈ ਕਾਲਾ ਟਿੱਕਾ ਲਗਾ ਕੇ ਇੱਥੇ ਰੱਖਾਂਗੇ ਇੱਥੇ ਆ ਗਿਆ 40 40 ਵਿੱਚੋਂ ਇੱਕ ਗਿਆ 39 ਤਾਂ 1521 ਦਾ ਸਕਰੂਟ ਕਿੰਨਾ ਆ ਰਿਹਾ ਜੀ 39 ਸਾਡਾ ਆਨਸਰ ਆ ਗਿਆ ਏ অপਸ਼ਨ ਸਹੀ 39 ਮੀਟਰ ਠੀਕ ਹੈ ਜੀ ਲਾਸਟ ਕੁਐਸਚਨ ਹੈ ਜੀ फटाफट देखा टोटल कोस्ट ऑफ फ्लोरिंग आ रूम इज है फर्श पाना है ना देखो आप पाना आ सारा फर्श पाना है फर्श पाना तो आपे सोचो राजे फ्लोरिंग हो रही है फर्श पाना तो एरिया की गल करता पै कि गल चलती पीए एरिया दी एरिया वाला फार्मूला लगा दो जी टोटल कोस्ट अपॉन यूनिट कोस्ट ए लगा दो टोटल कोस्ट कह रहा है इकवंजा सौ रुपए है ना यूनिट कोस्ट कि साढ़े अठ रुपए इथों आ जाएगा एरिया है ना तो एरिया आ गया उस तो बाद हो कह रहा है भी लेंथ कि अठ मीटर ਹਣਾ 8 ਇੰਟੂ b ਲਿਖ ਦੋ ਇਸ ਨੂੰ 8 ਮੰਨ ਲਓ ਜੀ ਇਸ ਨੂੰ b ਮੰਨ ਲਓ ਉਹ ਬ੍ਰੈਡਥ ਪੁੱਛ ਰਿਹਾ ਬ੍ਰੈਡਥ ਕਿੰਨੀ ਹੋ ਜੇਗੀ ਕਿੰਨੀ ਬ੍ਰੈਡਥ ਆ ਜੇਗੀ ਹਣਾ 51 ਗੁਣਾ 100 8.5 ਉਹਨੂੰ 85 ਲਿਖ ਲਓ 10 ਨੂੰ ਉੱਪਰ ਲੈ ਜਾਓ ਠੀਕ ਹੈ ਆ ਪੁਆਇੰਟ ਅਸੀਂ ਆ ਪੁਆਇੰਟ ਕੱਟ ਕੇ 10 ਨੂੰ ਉੱਪਰ ਲੈ ਗਏ ਤੇ ਇੱਕ ਅਵਲਾ 8 ਵੀ ਹੈਗਾ ਨਾ ਜੀ ਇਹ ਵੀ نیچے ਰੱਖ ਲਓ ਤੁਸੀਂ ਠੀਕ ਹੈ ਕੈਲਕੂਲੇਸ਼ਨ ਕੀਤੀ ਜਾਵੇ ਜੀ किन्ना आ जाएगा सतारो तीया इकवंजा सतारो पांच पचासी ठीक है तूनी दस है ना योगे तुसी दो चार दूनी आठ पच्ची चौका सौ पच्चीए पचर ठीक है कुछ गड़बड़ होगी अः uh, आई थिंक इतने गलत है राजे ਆ ਸਹੀ ਕਰ ਲਿਆ ਜੀ ਇਹ ਇੱਥੇ 5100 ਨਹੀਂ ਹੋਣਾ ਇੱਥੇ 510 ਹੋਵੇਗਾ ਤੇ 510 ਹੋਣ ਕਰਕੇ ਆਨਸਰ ਕੀ ਆਵੇਗਾ ਜੀ ਇੱਥੇ 7.5 ਮੀਟਰ ਆ ਜਾਏਗਾ 7.5 ਮੀਟਰ ਤੁਹਾਡਾ ਆਨਸਰ ਆ ਗਿਆ ਜੀ ਏ অপਸ਼ਨ ਸੀ ਆ ਸਹੀ ਕਰ ਲਿਆ ਜੀ 5100 ਨਹੀਂ ਹੋਣਾ ਇੱਥੇ 510 ਰੁਪਏ ਹੋਵੇਗਾ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਅਗਰ ਇਹ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅਜੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਦਾ ਬਟਨ ਜ਼ਰੂਰ ਨੱਪਿਓ ਤੇ ਜੇ ਤੁਸੀਂ ਚਾਹਦੇ ਹੋ ਸਾਡੀਆਂ ਹੋਰ ਵੀਡੀਓਜ਼ ਆਉਂਦੀਆਂ ਰਹਿਣ ਤਾਂ ਲਾਈਕ ਦਾ ਬਟਨ ਜ਼ਰੂਰ ਦਬਿਓ ਇਹ ਸਾਡੀ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਸ਼ੇਅਰ ਕਰੋ ਇੱਕ ਸਾਡੀ ਐਪ ਹੈ ਕ੍ਰੀਏਟਰ ਅਕੈਡਮੀ ਆਫ ਮੈਥਮੈਟਿਕਸ ਐਪ ਨੂੰ ਜ਼ਰੂਰ ਡਾਊਨਲੋਡ ਕਰਨਾ राजे ਇਹ ਵੀਡੀਓ ਤੁਹਾਨੂੰ ਉੱਥੇ ਵੀ ਮਿਲੇਗੀ Google Play Store ਤੋਂ ਤੁਸੀਂ ਇਸ ਨੂੰ ਐਡ ਕਰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਸਾਡੀ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਇਸੇ ਦੇ ਨਾਲ ਅੱਜ ਮੈਂ ਤੁਹਾਡੇ ਤੋਂ ਵਿਦਾਇਗੀ ਚਾਹਾਂਗਾ ਠੀਕ ਹੈ ਜੀ ਸਸੇ ਗੱਲ ਸਾਰਿਆਂ ਨੂੰ